ਇੱਕ ਜ਼ਾਲਮ ਰਜਵਾੜੇ ਨੇ ਇੱਕ ਟੋਬਾ ਬਣਵਾਇਆ ਹੋਇਆ ਸੀ ਜਿਸ 'ਚ ਉਹਨੇ ਮਗਰਮੱਛ ਪਾਲੇ ਹੋਏ ਸਨ ਜਿਹੜਾ ਉਹਦਾ ਵਿਰੋਧ ਕਰਦਾ ਸੀ ਉਹਨੂੰ ਟੋਬੇ ਵਿੱਚ ਸੁੱਟਵਾ ਦਿੰਦਾ ਸੀ ਲੋਕ ਉਹ ਤੋਂ ਇੰਨਾ ਡਰਦੇ ਸੀ ਕਿ ਉਹਦੇ ਅਧਿਕਾਰ ਵਾਲੇ ਇਲਾਕੇ 'ਚੋਂ ਬਾਹਰ ਨਿਕਲ ਜਾਂਦੇ ਸੀ ਜਿਹੜਾ ਵੀ ਜ਼ਬਰ ਕਰਦਾ ਉਹਨੂੰ ਵੰਗਾਰਨ ਵਾਲਾ ਵਸ਼ ਪੈਦਾ ਹੁੰਦਾ ਇਸ ਰਜਵਾਰੇ ਇਸ ਰਜਵਾੜੇ ਨੇ ਟੋਬੇ ਨੇੜੇ ਅੰਗੂਰਾਂ ਦਾ ਬਾਗ ਲਗਵਾਇਆ ਉਧੀਆਂ ਬਦੀਕੀਆਂ ਦੇ ਸ਼ਿਕਾਰ ਹੋਣ ਕਾਰਨ ਪਹਿਲਾ ਵਿਧਵਾ ਤੇ ਮਗਰੋਂ ਮੰਗਤੀ ਬਣੀ ਕਿਸਤਰੀ ਨੇ ਕਿਹਾ ਕਿ ਤੂੰ ਕਦੇ ਇਹ ਅੰਗੂਰ ਨਹੀਂ ਖਾ ਸਕੇਗਾ ਜਦੋਂ ਅੰਗੂਰ ਤਿਆਰ ਹੋ ਗਏ ਤਾਂ ਉਸ ਰਜਵਾੜੇ ਨੇ ਉਸ ਮੰਗਤੀ ਨੂੰ ਬੁਲਾ ਪੇਜਿਆ ਤੇ ਲੋਕਾਂ ਸਾਹਮਣੇ ਪੁੱਛਿਆ ਤੇਰੀ ਭਵਿੱਖ ਬਾਣੀ ਦਾ ਕੀ ਬਣਿਆ ਮੰਗਤੀ ਨੇ ਕਿਹਾ ਕੁਝ ਵੀ ਵਾਪਰ ਸਕਦਾ ਪਰ ਤੈਨੂੰ ਜ਼ੁਲਮ ਦੇ ਇਸ ਬਾਗ ਦੇ ਅੰਗੂਰ ਖਾਣੇ ਨਸੀਬ ਨਹੀਂ ਹੋਣਗੇ ਇੱਕ ਸ਼ਾਮ ਰਜਵਾੜ ਰਜਵਾੜੇ ਨੂੰ ਸੁਨਿਆ ਮਿਲਿਆ ਕਿ ਇੱਕ ਰਿਚ ਨੇ ਉਹ ਦਾ ਅੰਗੂਰਾਂ ਦਾ ਬਾਗ ਉਜਾੜ ਦਿੱਤਾ ਉਹ ਰਜਵਾੜਾ ਚਾਹ ਵਾਲਾ ਪਿਆਲਾ ਵਿੱਚ ਹੀ ਛੱਡ ਕੇ ਗੁੱਸੇ ਨਾਲ ਬਾਗ 'ਚ ਗਿਆ ਤੇ ਰਿਚ ਨਾਲ ਲੜਦਿਆਂ ਮਾਰਿਆ ਗਿਆ ਜਦੋਂ ਜ਼ਾਲਿਮਾਂ ਦੇ ਜ਼ੁਲਮ ਹੱਦ ਟੱਪ ਜਾਂਦੇ ਹਨ ਉਦੋਂ ਦੁਖੀ ਲੋਕਾਂ ਦੀਆਂ ਭਵਿੱਖ ਬਾਣੀਆਂ ਸੱਚ ਸਾਬਤ ਹੋਣ ਲੱਗ ਪੈਂਦੀਆਂ ਹਨ ਧੰਨਵਾਦ